श्रोमणी अकाली दल के कार्यकर्ताओं पर पुलिस द्वारा जो मामले दर्ज किए गए हैं उसको लेकर आज सुबह से ही पठानकोट जम्मू राष्ट्रीय मार्ग पर अकाली कार्यकर्ताओं ने जाम लगाया हुआ है। पुलिस ने प्यार से और जबरदस्ती दोनों तरीकों से धरना उठाने की कोशिश की, लेकिन कार्यकर्ता डटे रहे। हल्की फुल्की धक्का मुक्की भी हुई, लेकिन धरना प्रदर्शन और अकाली कार्यकर्ता डटे हैं और पुलिस द्वारा जो धक्केशाही पंजाब सरकार के कहने पर की गई है उनको रद्द करने के लिए डटे हैं। उन्होंने कहा कि सरकार के दबाव में जो पुलिस ने मामले दर्ज किए हैं उस फैसले को वापस ले, नहीं तो ये धरना ऐसे ही चलता रहेगा। ਜਦੋਂ ਤੋਂ ਕਾਂਗਰਸ ਸਰਕਾਰ ਦੇ ਸੱਤਾ ਦੇ ਵਿੱਚ ਆਈ ਆ, ਮੈਂ ਸਮਝ ਸਕਦਾ ਵਾਂ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਗੁੰਡਾਰਾ ਸਥਾਪਿਤ ਹੋ ਗਿਆ ਵਾ। ਜਿਹੜਾ ਕੋਈ ਵੋਟਾਂ ਪਾਉਣ ਪਿੰਡਾਂ 'ਚ ਵੀ ਜਾਂਦਾ ਸੀ, ਕਿਉਂਕਿ ਸਾਡੇ ਇਹਨਾਂ ਹਲਕੇ 'ਚ ਜ਼ਿਮਨੀ ਚੋਣ ਹੋਈ ਹੈ, ਉਹਨਾਂ 'ਤੇ ਪਰਚੇ, ਹੁਣ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਪਰਚੇ ਨਗਰ ਕੌਂਸਲ ਚੋਣ ਆਈਆਂ, ਜਿਹੜੇ ਫਾਰਮ ਭਰਨ ਜਾਣ ਡੇ ਨੇ ਕਾਗਜ਼, ਉਹਨਾਂ ਦੇ ਕਾਗਜ਼ ਪਾੜ 'ਤੇ ਸ਼ਰੇਆਮ ਪੁਲਿਸ ਕਰਾ ਰਹੀ ਹੈ ਕੰਮ। ਜਿਹੜਾ 100% ਪੁਲਿਸ ਇਹਦੇ ਨਾਲ ਆ। ਇਹ ਕੈਪਟਨ ਦੀ ਸਰਕਾਰ ਜਿਹੜੀ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦੀ ਸੀ ਕਿ ਅਸੀਂ ਆਹ ਫੈਸਿਲਿਟੀਆਂ ਦੇਵਾਂਗੇ ਜਾਂ ਆਹ ਫੈਸਿਲਿਟੀਆਂ ਦੇਵਾਂਗੇ, ਅਤੇ ਮੈਂ ਸਮਝ ਸਕਦਾ ਉਹਨਾਂ ਫੈਸਿਲਿਟੀਆਂ ਦੇ ਕੀ ਦੇਣੀਆਂ ਸੀ। ਅਤੇ ਜਿਹੜੇ ਆ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਤੋਹਫ਼ਾ 307 ਦਾ, 302 ਦਾ, 326 ਦਾ, 341 ਦੇ ਪਰਚਿਆਂ ਦਾ ਤੋਹਫ਼ਾ ਜਿਹੜੇ ਪੰਜਾਬ ਦੇ ਅਕਾਲੀ ਵਰਕਰਾਂ ਨੂੰ ਟਾਰਗੇਟ ਕਰਕੇ ਜਿਹੜਾ ਦੇਣਾ ਸ਼ੁਰੂ ਕਰਤਾ ਵਾ। ਮੈਂ ਸਮਝ ਸਕਦਾ ਵਾਂ ਅਤੇ ਜੇਕਰ ਇਹਨਾਂ ਨੇ ਜਿਹੜੇ ਝੂਠੇ ਪਰਚੇ ਫਿਰੋਜ਼ਪੁਰ ਅਤੇ ਜਾਂ ਮਾਲਵੇ ਦੇ ਇਲਾਕਿਆਂ 'ਚ ਕੀਤੇ ਨੇ, ਜੇ ਇਹਨਾਂ ਨੇ ਪਰਚੇ ਕੈਂਸਲ ਕਰਕੇ ਉਹ ਅਫਸਰ ਨਹੀਂ ਸਸਪੈਂਡ ਕੀਤੀ ਤਾਂ ਇਹ ਧਰਨਾ ਅਣਮਿੱਥੇ ਸਮੇਂ ਲਈ ਚੱਲਿਆ ਜਾਊਗਾ। ਕਿੱਥੇ ਇਹ ਅਸੀਂ ਜੰਮੂ ਐਂਡ ਕਸ਼ਮੀਰ ਮਾਰਗ ਆ ਮੇਨ, ਅਤੇ ਉੱਥੇ ਮਾਧੋਪੁਰ ਅਸੀਂ ਦਿੱਤਾ ਵਾ। ਮਾਧੋਪੁਰ ਇੱਕ ਪੰਜਾਬ ਦਾ ਇਲਾਕਾ ਆ, ਇਸ ਤੋਂ ਇਹ 100 ਮੀਟਰ 'ਤੇ ਜਿਹੜਾ ਜੇ ਐਂਡ ਕੇ ਸ਼ੁਰੂ ਹੋ ਜਾਂਦਾ ਵਾ, ਇੱਕੋ ਹੀ ਇਹਦਾ ਰਸਤਾ ਆ। ਇਹਦੇ ਨਾਲ ਪੰਜਾਬ ਅਤੇ ਜੰਮੂ ਦਾ ਨਾਤਾ ਟੁੱਟ ਗਿਆ ਵਾ। ਜੇ ਇਹਨਾਂ ਨੇ ਇੱਦਾਂ ਦਾ ਕੋਈ ਪਰਚੇ ਨਾ ਕੈਂਸਲ ਕੀਤੇ ਗਾਂ ਪੰਜਾਬ ਦੇ ਜਿੰਨਿਆਂ ਨੁਕਰਾਂ ਨੇ, ਸਾਡਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ, ਹੁਕਮਾਨ ਸਾਹਿਬ, ਸਾਰੇ ਬਾਰਡਰ ਇੱਦਾਂ ਹੀ ਸੀਲ ਕਰ ਦਿਆਂਗੇ, ਨਾ ਪੰਜਾਬ 'ਚ ਕੋਈ ਗੱਡੀ ਆ। ਕਵਲ ਰੰਧਾਵਾ, ਦਿਵਿਆ ਪੰਜਾਬ ਟੀਵੀ, ਪਠਾਨਕੋਟ।